ਨਵੇਂ ਸਾਲ ਜਿਹੜਾ ਹੁੰਦਾ ਕਿ ਇੱਕ ਨਵੀਂ ਸ਼ੁਰੂਆਤ ਜਿਹੜੀ ਆ ਹੋਣੀ ਜਾ ਰਹੀ ਹੁੰਦੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਇਲਾਕਾ ਨਿਵਾਸੀ ਨੂੰ ਇੱਕ ਤਾਂ ਮੁਬਾਰਕਬਾਦ ਦੇਣਾ ਅਤੇ ਇਲਾਕਾ ਨਿਵਾਸੀ ਨੂੰ ਬੇਨਤੀ ਕਰਦਾ ਕਿ ਨਵੇਂ ਸਾਲ ਦੇ ਵਿੱਚ ਆਪਾਂ ਸਾਰੇ ਰਲ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਹੰਬੜਾ ਮਾਰੀ ਅਤੇ ਸਾਰੇ ਯੋਗਦਾਨ ਦਿਓ। ਮੈਨੂੰ ਸਭ ਦੇ ਯੋਗਦਾਨ ਦੀ ਲੋੜ ਆ ਤਾਂ ਸ਼ਹਿਰ ਜਿਹੜਾ ਥੋੜ੍ਹਾ ਸਾਫ਼ ਸੁਥਰਾ ਹੋਵੇ, ਲੋਕਾਂ ਨੂੰ ਮੇਰਾ ਮੈਸੇਜ ਆ ਸ਼ਹਿਰ। ਉਹਦੇ ਬਾਰੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਬਿਆਨ ਵੀ ਦਿੱਤਾ ਹੈਗਾ, ਬੜੀ ਨਿੰਦਣਯੋਗ ਗੱਲ ਆ, ਬੜੀ ਮਾੜੀ ਗੱਲ ਆ ਕੇਂਦਰ ਸਰਕਾਰ ਦੇ ਲਈ ਵੀ ਕਿ ਕਿਉਂ ਨਹੀਂ ਰੱਖਿਆ ਗਿਆ। ਸੋ ਇਹ ਇਹਦੇ ਲਈ ਜਿਹੜਾ ਪ੍ਰੋਪਰ ਜੋ ਪਾਰਟੀ ਵੱਲੋਂ ਦਿਸ਼ਾ ਨਿਰਦੇਸ਼ ਹੋਊਗਾ, ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ, ਮਾਨ ਸਾਹਿਬ ਦਾ ਪੰਜਾਬ ਦੇ ਮੋਹਰੀ ਹੋਣ ਨਾਤੇ ਜੋ ਵੀ ਹੋਊਗਾ ਉਹਦੇ ਲਈ ਅਸੀਂ ਖੜ੍ਹੇ ਹਾਂ। ਸੋ ਮੇਰੇ ਖਿਆਲ ਦੇ ਵਿੱਚ ਕੇਂਦਰ ਨੂੰ ਇਸ ਫੈਸਲੇ 'ਤੇ ਗੌਰ ਕਰਨੀ ਚਾਹੀਦੀ ਹੈ ਅਤੇ ਜਿਹੜੀ ਝਾਕੀ ਜਿਹੜੀ ਹੈ ਸਾਡੇ ਪੰਜਾਬ ਦੀ ਅਮੀਰ ਵਿਰਾਸਤ ਨੂੰ ਦਿਖਾਉਣ ਦੀ ਝਾਕੀ ਸੀ ਉਹ ਜਿਹੜੀ ਸ਼ਾਮਿਲ ਕਰਨੀ। ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਅਤੇ ਪਰਮੇਸ਼ਵਰ ਇਸ ਸ਼ਹਿਰ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖੇ। ਇਹ ਘੱਟੋ ਘੱਟ ਸਾਡਾ ਜੀ 17ਵਾਂ ਪ੍ਰੋਗਰਾਮ ਆ ਕ੍ਰਿਸਮਸ ਦਾ। ਠੀਕ ਹੈ ਜੀ। ਉਦੇਸ਼ ਇਹੀ ਆ, ਪ੍ਰਭੂ ਯਿਸੂ ਮਸੀਹ ਨੇ ਪਿਆਰ ਸਿਖਾਇਆ ਅਤੇ ਉਸ ਦੇ ਪਿਆਰ ਨੂੰ ਹੀ ਅਸੀਂ ਅੱਗੇ ਲੋਕਾਂ ਦੇ ਵਿੱਚ ਦੱਸਦੇ ਹਾਂ, ਪਰਮੇਸ਼ਰ ਦੇ ਸੁਨੇਹੇ ਨੂੰ ਦਿੰਦੇ ਹਾਂ ਕਿ ਪਰਮੇਸ਼ਰ ਨੇ ਪਿਆਰ ਕੀਤਾ ਹੈ ਅਤੇ ਸਾਨੂੰ ਵੀ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਰਹਿਣਾ ਹੈ, ਚਾਹੇ ਕੋਈ ਵੀ ਧਰਮ ਹੈ, ਜਾਤੀ ਹੈ, ਸਾਨੂੰ ਕਿਸੇ ਦੇ ਨਾਲ ਵੀ ਕੋਈ ਵੀ ਇਹੋ ਜਿਹਾ ਜਿਹੜਾ ਹੈ ਨਫ਼ਰਤ ਜਾਂ ਵੈਰ ਭਾਵ ਨਹੀਂ ਕਰਨਾ ਚਾਹੀਦਾ ਜੀ। ਸਾਨੂੰ ਆਪਸੀ ਸਾਂਝ ਦੇ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਸਾਡੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਇਹ ਸ਼ਹਿਰ ਹੈ, ਦੇਸ਼ ਹੈ, ਇਹ ਪੰਜਾਬ ਖੁਸ਼ਹਾਲ ਪੰਜਾਬ ਹੈ ਅਤੇ ਇਹਨੂੰ ਖੁਸ਼ਹਾਲ ਹੀ ਸਾਨੂੰ ਬਣਾ ਕੇ ਰੱਖਣਾ ਚਾਹੀਦਾ ਆ ਅਤੇ ਇਹਦਾ ਇੱਕ ਸਬੂਤ ਹੈ ਕਿ ਸਾਡਾ ਆਪਸੀ ਭਾਈਚਾਰਾ। ਸੋ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਅਤੇ ਅਸੀਂ ਵੀ ਆਸ ਰੱਖਦੇ ਹਾਂ ਕਿ ਜਿਵੇਂ ਅਸੀਂ ਭਾਈਚਾਰਕ ਸਾਂਝ ਚਾਹੁੰਦੇ ਹਾਂ ਅਤੇ ਸਾਰੇ ਅਸੀਂ ਉਹਦੇ ਵਿੱਚ ਸਹਿਯੋਗ ਦੇਈਏ। ਧੰਨਵਾਦ। ਥੈਂਕ ਯੂ।